दर्शकों ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਤੇ ਚੀਨ ਨੇ ਦਰਿਆ ਇੰਡਸ ਤੇ ਪਾਸ਼ਾ ਡੈਮ ਬਣਾਉਣ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ। ਇਹ ਡੈਮ 442 ਬਿਲੀਅਨ ਰੁਪਏ ਦੇ ਖਰਚ ਨਾਲ ਬਣੇਗਾ ਅਤੇ ਇਹ ਲਦਾਖ ਦੇ ਬਿਲਕੁਲ ਕਰੀਬ ਹੈ। ਭਾਰਤ ਨੇ ਇਸ ਦੇ ਉੱਤੇ ਸਖਤ ਇਤਰਾਜ਼ ਜਤਾਇਆ ਹੈ, ਪਰ ਚੀਨ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਦੀ ਦੋਸਤੀ ਬੜੀ ਮਜ਼ਬੂਤ ਹੈ ਅਤੇ ਇਸ ਡੈਮ ਦੇ ਬਣਨ ਨਾਲ ਚੀਨ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਦੂਸਰੇ ਪਾਸੇ ਭਾਰਤ ਦੇ ਫੌਜੀ ਮੁਖੀ ਨੇ ਕਿਹਾ ਹੈ ਕਿ ਨੇਪਾਲ ਵਿੱਚ ਹੋ ਰਹੇ ਭਾਰਤ ਵਿਰੋਧੀ ਰੋਸ ਮਜ਼ਾਰੇ ਕਿਸੇ ਹੋਰ ਦੇਸ਼ ਦੀ ਸ਼ਹਿ ਤੇ ਹੋ ਰਹੇ ਹਨ, ਉਹਨਾਂ ਦਾ ਸਪਸ਼ਟ ਇਸ਼ਾਰਾ ਚੀਨ ਵੱਲ ਸੀ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਮੁੱਦਿਆਂ ਦੇ ਉੱਪਰ? ਦੇਖੋ, ਜ਼ਾਹਰ ਤੌਰ ਦੇ ਉੱਤੇ ਜਿਹੜੀ ਹਾਈਬ੍ਰਿਡ ਵਾਰ ਬਿਟਵੀਨ ਅਮਰੀਕਾ ਔਰ ਚਾਈਨਾ ਹੈ, ਜਿਹਦੇ ਵਿੱਚ ਕਿ ਭਾਰਤ ਨੇ ਮੋਢਾ ਦਿੱਤਾ ਹੈ ਫਾਇਰ ਕਰਨ ਦੇ ਲਈ, ਉਸ ਦੇ ਅਸਰ ਵੀ ਦੂਸਰੇ ਪਾਸਿਓਂ ਜਿਹਨੂੰ ਅਸੀਂ ਰਿਐਕਸ਼ਨ ਕਹਿੰਦੇ ਹਾਂ ਉਹ ਵੀ ਨਜ਼ਰ ਆ ਰਹੇ ਨੇ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਸਿੱਕਮ ਦੇ ਵਿੱਚ ਝੜਪ ਹੋਈ ਉਹ ਰਿਮਾਈਂਡਰ ਸੀ ਕਿ 62 ਦੇ ਵੇਲੇ ਵੀ ਇਸ ਕਿਸਮ ਦਾ ਹੀ, ਜਿੱਥੇ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਨੇ, LAC ਕਹਿੰਦੇ ਨੇ, ਉੱਥੇ ਪਾਕਿਸਤਾਨ ਨਾਲ ਜਿਹੜਾ ਬਾਰਡਰ ਕਸ਼ਮੀਰ ਚ ਲੱਗਦਾ ਉਹ LOC ਕਹਿੰਦੇ ਨੇ, ਔਰ LAC ਦੇ ਉੱਤੇ ਵੀ ਜਦੋਂ 1962 ਦੇ ਵਿੱਚ ਵੀ ਬਾਰਡਰ ਸਕਰਮਿਸ਼ ਸੀ ਪਹਿਲਾਂ ਸ਼ੁਰੂ ਹੋਈਆਂ, ਕਿਉਂਕਿ ਉਹ ਅਨਮਾਰਕਡ ਬਾਰਡਰ ਹੈ ਔਰ ਉਹਦੇ ਵਿੱਚ ਦੋਨੋਂ ਹੀ ਦਾਅਵਾ ਕਰਦੇ ਨੇ ਵੀ ਇਹ ਸਾਡੀ ਥਾਂ ਹੈ। ਇਹ ਮੈਕਮੋਨ ਲਾਈਨ ਜਿਹੜੀ ਹੈ ਇਹ ਵੀ ਅੰਗਰੇਜ਼ਾਂ ਦੀ ਜਿਹੜੀ ਮੈਪ ਮੇਕਿੰਗ ਹੈ ਉਹਦਾ ਹੀ ਨਤੀਜਾ ਹੈ ਕਿ ਕਈ ਥਾਂ ਦੇ ਉੱਤੇ ਜਿਹੜਾ ਇਸ ਕਿਸਮ ਦਾ ਟਕਰਾਅ ਹੁੰਦਾ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਚੀਨ ਬਾਰੇ ਅਸੀਂ ਆਪਣੇ ਪਹਿਲੇ ਐਨਾਲਿਸਿਸ ਦੇ ਵਿੱਚ ਕਿਹਾ ਸੀ ਕਿ ਚਾਈਨਾ ਜਿਹੜਾ ਉਹ ਬਿਆਨਬਾਜ਼ੀ 'ਚ ਯਕੀਨ ਨਹੀਂ ਰੱਖਦਾ, ਉਹ ਅੰਡਰਸਟੇਟਮੈਂਟ ਵੀ ਨਹੀਂ ਦਿੰਦਾ, ਸਟੇਟਮੈਂਟ ਵੀ ਨਹੀਂ ਦਿੰਦਾ, ਲੇਕਿਨ ਚਾਈਨਾ ਆਪਣੇ ਐਕਸ਼ਨ ਦੇ ਨਾਲ, ਆਪਣੀ ਕਾਰਵਾਈ ਦੇ ਨਾਲ ਜਵਾਬ ਦਿੰਦਾ। ਸੋ ਜ਼ਾਹਿਰ ਹੈ ਕਿ ਇਸ ਹਾਈਬ੍ਰਿਡ ਵਾਰ ਦੇ ਵਿੱਚ ਜੇ ਭਾਰਤ ਨੇ ਖੁੱਲ੍ਹ ਕੇ ਜਿਹੜਾ ਹੈ ਉਹ ਇਸ ਕਿਸਮ ਦਾ ਨਾ ਪੱਖੀ ਰੋਲ ਲੈਣਾ ਸ਼ੁਰੂ ਕੀਤਾ ਹੈ ਤੇ ਚੀਨ ਨੇ ਉਹਦਾ ਜਵਾਬ ਸਿੱਕਮ ਦੇ ਵਿੱਚ ਵੀ ਦਿੱਤਾ ਹੈ। ਫਿਰ ਅਸੀਂ ਨੇਪਾਲ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਨੇਪਾਲ 'ਚ ਖਾਸ ਤੌਰ ਤੇ ਜਿਹੜੀ ਸੜਕ ਇਹਨਾਂ ਨੇ ਮਾਨਸਰੋਵਰ ਤੱਕ ਕੱਢੀ ਹੈ ਆਪਣੇ ਉੱਤਰਾਖੰਡ ਦੇ ਉਸ ਖਿੱਤੇ ਚੋਂ, ਉਸ ਨਾਲ ਰਿਲੇਟਡ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਨੇਪਾਲ ਨੇ ਦਾਅਵਾ ਕੀਤਾ ਵੀ ਇਹ ਤਾਂ ਸਾਡੀ ਬਾਉਂਡਰੀ ਹੈ ਤੁਸੀਂ ਇੱਥੇ, ਔਰ ਹਾਲਾਂਕਿ ਉਹਨੂੰ ਇੰਡੀਆ ਕਹਿੰਦਾ ਜੀ ਇਹ ਤਾਂ ਟ੍ਰਾਈ ਜੰਕਸ਼ਨ ਹੈ ਬਿਟਵੀਨ ਅਮੈਰੀਕਾ ਚਾਈਨਾ ਐਂਡ ਨੇਪਾਲ, ਔਰ ਨੇਪਾਲ ਨੇ ਇੰਨਾ ਪ੍ਰੋਟੈਸਟ ਕੀਤਾ ਕਿ ਵੀ ਉਹਨਾਂ ਨੇ ਸੜਕ ਤੇ ਆ ਕੇ ਬੈਠ ਗਏ, ਸੋ ਉਹ ਸੜਕ ਤਾਂ ਬੰਦ ਹੋ ਗਈ। ਔਰ ਇਸ ਵੇਲੇ ਨੇਪਾਲ ਦੇ ਵਿੱਚ ਵੀ ਚਾਰ ਫਿਰ ਇਹ ਪ੍ਰੋਟੈਸਟ ਚੱਲ ਰਹੇ ਨੇ ਭਾਰਤ ਦੇ ਖਿਲਾਫ਼। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਜਵਾਬ ਹੈ। ਪਰ ਜਿਹੜੀ ਖ਼ਬਰ ਇਸ ਵੇਲੇ ਸਾਡੀ ਡਿਸਕਸ਼ਨ ਦਾ ਮੇਨ ਫੋਕਸ ਹੈ, ਅਸੀਂ ਦੇਖਦੇ ਹਾਂ ਕਿ ਹਿਊਮਨ ਹਿਸਟਰੀ 'ਚ ਵੀ, ਵੈਸੇ ਖਾਸ ਤੌਰ 'ਤੇ ਜੇ ਬ੍ਰਾਹਮਣਵਾਦੀਆਂ ਦੀ ਹਿਸਟਰੀ ਦੇਖਿਆ ਜਾਏ ਤੇ ਇਹਨਾਂ ਨੇ ਬਹੁਤ ਵਾਰ ਪੁਰਾਣੀ ਹਿਸਟਰੀ 'ਚ ਵੀ ਜਦੋਂ ਇਹ ਆਰੀਅਨ ਆਏ ਲੋਕਲ ਦਰਾਵੜਾਂ ਦੇ ਨਾਲ ਇਹਨਾਂ ਨੇ ਜ਼ਿਆਦਤੀਆਂ ਕੀਤੀਆਂ ਤੇ ਵਾਟਰ ਨੂੰ ਐਜ਼ ਏ ਵੈਪਨ, ਪਾਣੀ ਨੂੰ ਹਥਿਆਰ ਦੇ ਤੌਰ 'ਤੇ ਇਹਨਾਂ ਨੇ ਵਰਤਿਆ। ਅਸੀਂ ਦੇਖਦੇ ਹਾਂ ਫਿਰ ਜਦੋਂ ਬੁੱਧ ਧਰਮ ਦਾ ਐਂਡ ਕੀਤਾ ਇਹਨਾਂ ਨੇ, ਸੋ ਬਹੁਤ ਸਾਰੇ ਬੋਧੀ ਜਿਹੜੇ ਨੇ ਕੋਈ ਜਿਉਂਦੇ ਸਾੜੇ, ਕੁਛ ਜਿਹੜੇ ਨੇ ਪਾਣੀ ਦੇ ਵਿੱਚ ਡੋਬੇ, ਔਰ ਈਵਨ ਜਿਹੜੀ ਦਰਾਵੜਾਂ ਦੇ ਨਾਲ ਇਹਨਾਂ ਦੀ ਲਾਈਨ ਹੈ ਉਸ ਦਾ ਜ਼ਿਕਰ ਇਹਨਾਂ ਦੇ ਪੁਰਾਣੇ ਜਿਹੜਾ ਇਹਨਾਂ ਦੇ ਸਕ੍ਰਿਪਚਰਸ ਦੇ ਵਿੱਚ ਵੀ ਮਿਲਦਾ ਹੈ ਕਿ ਕਿਵੇਂ ਪਾਣੀ ਨੂੰ ਇਹਨਾਂ ਨੇ ਐਜ਼ ਏ ਵੈਪਨ ਯੂਜ਼ ਕੀਤਾ। ਉਦੋਂ ਅਜੇ ਕੋਈ ਵੱਡੇ ਵੱਡੇ ਡੈਮ ਜਾਂ ਨਹਿਰਾਂ ਜਾਂ ਉਹ ਸਿਸਟਮ ਨਹੀਂ ਸੀ, ਪਰ ਪਾਣੀ ਦੇ ਵਿੱਚ ਲਿਜਾ ਕੇ ਸੁੱਟਣਾ, ਧੱਕਾ ਦੇਣਾ, ਪਾਣੀ ਦੇ ਵਿੱਚ ਡੋਬ ਦੇਣਾ ਜਾਂ ਮਾਰ ਕੇ ਉਹਨੂੰ ਉਹਦੇ ਵਿੱਚ ਸੁੱਟ ਦੇਣਾ ਇਹ ਹਿੱਸਾ ਸੀ। ਲੇਕਿਨ ਜਦੋਂ ਤੱਕ ਅਸੀਂ 20th ਸੈਂਚਰੀ ਚ ਆਉਂਦੇ ਹਾਂ, ਔਰ ਜੇ ਮੈਂ ਕੁਇਕਲੀ ਸਿੱਖ ਪਰਸਪੈਕਟਿਵ ਤੋਂ ਗੱਲ ਕਰਾਂ ਤੇ 1988 ਦੇ ਵਿੱਚ ਜਦੋਂ ਕਿ ਬੜੇ ਜ਼ੋਰਦਾਰ ਮੀਂਹ ਪਏ ਸਾਰੇ ਪਾਸੇ, ਪੰਜਾਬ 'ਚ ਵੀ 2-3 ਦਿਨ ਮੀਂਹ ਪੈਂਦੇ ਰਹੇ, ਔਰ ਮੈਂ ਤਾਂ ਬੇਸ਼ੱਕ ਉਦੋਂ ਉੱਥੇ ਨਹੀਂ ਸੀ, ਅਮਰੀਕਾ ਆ ਚੁੱਕਾ ਸੀ, ਲੇਕਿਨ ਇਹਨਾਂ ਨੇ ਬਿਨਾਂ ਵਾਰਨਿੰਗ ਦਿੱਤਿਆਂ ਭਾਖੜਾ ਦੇ ਜਿਹੜੇ ਫਲੱਡ ਗੇਟ ਸੀ ਉਹ ਖੋਲ ਦਿੱਤੇ। ਔਰ ਇਹ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਪੂਰੇ ਜ਼ੋਰ ਨਾਲ ਚੱਲ ਰਹੀ ਸੀ, ਔਰ ਉਸ ਦੇ ਨਾਲ ਇਹ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਖਿੱਤੇ ਦੇ ਵਿੱਚ 6-6 ਫੁੱਟ 8-8 ਫੁੱਟ ਪਾਣੀ ਆਇਆ,
10 हजार तो ज्यादा जिहड़े ने ओ बंदे मारे गए, 1 लाख तो ज्यादा पशु मरे और बहुत तबाही हुई अरबां दी। और खास तौर ते उदो एक गल जिहड़ी पता नहीं है किन्नी क्रेडिबल है पर आम हल्कियां दे विच कीती जांदी सी कि जी बहुत सारे जिहड़े हथियार जुझारुआं ने जमीन दोज कीते सी अपनी उन्होंने स्ट्रगल दे विच अगे लैके जाना सी, उन्हां च काफी सोफिस्टिकेट हथियार सी, ओह वी सारे पानी दी भेट चढ़ गए। सो कुल मिला के और बाद दे विच एक जिहड़ी इन्वेस्टिगेशन टीम एग्रीकल्चर यूनिवर्सिटी लुधियाणा दे साइंटिस्ट दी बनी कि भाई ए ए किवें होया है, तो उन्हां दी जांच रिपोर्ट दे विच ए सी कि ए डेलीबरेटली पंजाब दे खिलाफ पानी नूं हथियार दे तौर ते वरत्या गया। ए वक्री गल है कि उस वेले जिहड़ा भाखड़ा ब्यास मैनेजमेंट बोर्ड दा चेयरमैन सी ओह फौज दा सर्विंग जां रिटायर्ड मैनूं याद नहीं है लेफ्टिनेंट जनरल सी, उस नूं कुछ देर बाद जदों ए रिपोर्ट आई और इहदे इंतजार होया कि ये एज ए वैपन यूज किया गया और इस जनरल राही जिहड़ा भाखड़ा ब्यास मैनेजमेंट बोर्ड दा चेयरमैन है और उस नूं फिर सिख जुझारुआं ने सजा दे दित्ती सी कि भाई तूं 10,000 बंदा 1 लाख पशु और अरबां दी साडी जायदाद तबाह कीती है पंजाब दी। और ये समझ आ सकता है भी उन्होंने पानी नूं एज ए वैपन किवें इस्तेमाल किया, क्योंकि उस वेले जिहड़ा एग्रीकल्चर मिनिस्टर सी सेंटर दे विच बलराम जाखड़ इंदिरा गांधी दे बड़ा करीबी, और ये उही बलराम जाखड़ है स्पीकर भी रहा पार्लियामेंट दा। इन्हें 84 तो बाद एकदम बाद 84 तो ये बयान दिता सी कि अगर भारत की एकता अखंडता के लिए हमें 2 करोड़ सिखों को भी मारना पड़ा तो हम हिचकिचाएंगे नहीं। और ये जड़ा इसका भी रोल सी, और उस वेले भजन लाल जड़ा है ये एग्रीकल्चर में ये क्योंकि इको ही टीम सी, जाखड़ हुए भजन लाल हुए इन्होंने ही जड़ा वो क्लब अप किया। ईवन एशियाड 82 वेले भी भजन लाल ने हरियाणे दे विच जो सिखां नूं जलील किया सी, और भजन लाल जिहड़ा एग्रीकल्चर मिनिस्टर सी ओह हैलीकाप्टर राही उन्हें दौरा किया पंजाब दा, दौरे दे नाल थले सी पंजाब पानी च डुब्बिया होया सी और उन्हें जाके जिहड़ा अपना बयान दूरदर्शन तो दिता उहदे च उन्हें कहा कि पंजाब दे किसान बहुत खुश ने कि आने वाली जिहड़े मौसम दे विच फसल बहुत वधिया होएगी। तो इहनूं तुसीं जख्मां ते लूण छिड़कणा तां की कहना है, ਇਹ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਬੜਾ ਕੈਲਕੂਲੇਟ ਕਰਕੇ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ। ਔਰ ਫਿਰ ਇਸ ਗੱਲ ਦੇ ਲਈ ਅਸੀਂ ਵੀ ਧਿਆਨ ਦੇਈਏ ਕਿ ਇਹ ਤਾਂ ਡਾਇਰੈਕਟ ਕਿਲਿੰਗ ਸੀ, ਪਰ ਜਿਹੜਾ ਪਾਕਿਸਤਾਨ ਦੇ ਨਾਲ ਭਾਰਤ ਦਾ 1960 ਦਾ ਸਮਝੌਤਾ ਸੀ ਇੰਡਸ ਵਾਟਰ ਟ੍ਰੀਟੀ, ਔਰ ਜ਼ਾਹਰ ਹੈ ਕਿ ਉਸ ਤੋਂ ਪਹਿਲਾਂ ਜਿਹੜਾ ਇਮੀਡੀਏਟ ਪਾਕਿਸਤਾਨ ਬਣਨ ਤੋਂ ਬਾਅਦ ਪਹਿਲੀ ਕਨਫਰੰਟੇਸ਼ਨ ਹੋਈ, ਈਵਨ ਉਦੋਂ ਅਜੇ ਕਸ਼ਮੀਰ ਵੀ ਇੱਕ ਸਾਲ ਜਿਹੜਾ 47 ਤੋਂ 48 ਤੱਕ ਚੱਲ ਰਿਹਾ ਸੀ ਮਾੜਾ ਮੋਟਾ ਠੁੱਕ ਠੁੱਕ, ਸਭ ਤੋਂ ਸੀਰੀਅਸ ਸੀ ਜਦੋਂ ਇਹਨਾਂ ਨੇ ਭਾਰਤ ਨੇ ਫਿਰੋਜ਼ਪੁਰ ਹੈੱਡਵਰਕਸ ਔਰ ਮਾਧੋਪੁਰ ਹੈੱਡਵਰਕਸ ਜਿਹੜੇ ਰਾਵੀ ਔਰ ਸਤਲੁਜ ਦੇ ਉੱਤੇ ਨੇ ਭਾਰਤ ਦੇ ਵਿੱਚ, ਔਰ ਕੈਨਾਲ ਸਿਸਟਮ ਪਾਕਿਸਤਾਨ 'ਚ ਹੈ ਜਿਹੜਾ ਅੰਗਰੇਜ਼ਾਂ ਨੇ ਕ੍ਰੀਏਟ ਕੀਤਾ 19th century ਐਂਡ 'ਚ, ਇਹਨਾਂ ਨੇ ਉਹ ਹੈੱਡਵਰਕਸ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਔਰ ਇਹ ਜਿਹੜਾ ਟਕਰਾਅ ਕਾਫੀ ਅੱਗੇ ਵੱਲ ਜਾ ਰਿਹਾ ਸੀ ਜਦੋਂ ਕਿ ਵਰਲਡ ਬੈਂਕ ਨੇ ਇੰਟਰਵੀਨ ਕਰਕੇ 1960 ਦੇ ਵਿੱਚ ਇੱਕ ਟ੍ਰੀਟੀ ਜਿਹਨੂੰ ਇੰਡਸ ਵਾਟਰ ਟ੍ਰੀਟੀ ਕਹਿੰਦੇ ਨੇ ਉਹ ਬ੍ਰੋਕਰ ਵਰਲਡ ਬੈਂਕ ਨੇ ਕੀਤੀ, ਭਾਰਤ ਪਾਕਿਸਤਾਨ ਦੇ ਵਿਚਕਾਰ ਸਾਈਨ ਹੋਈ, ਔਰ ਉਹਦੇ ਨਤੀਜੇ ਥੱਲੇ ਜਿਹੜੇ 3 ਦਰਿਆ ਨੇ ਇੰਡਸ, ਚਨਾਹ ਤੇ ਜੇਹਲਮ ਇਹ ਪਾਕਿਸਤਾਨ ਨੂੰ ਮਿਲੇ, ਔਰ ਸਤਲੁਜ ਬਿਆਸ ਤੇ ਰਾਵੀ ਇਹਦੇ ਅਪਰ ਰਾਈਪੇਰੀਅਨ ਲੋਅਰ ਰਾਈਪੇਰੀਅਨ ਦੋਨਾਂ ਦੇ ਉੱਤੇ ਭਾਰਤ ਦੇ ਕਬਜ਼ੇ ਵਾਲਾ ਜਿਹੜਾ ਅੱਜ ਪੰਜਾਬ ਹੈ ਉਹਦਾ ਹੱਕ ਮੰਨਿਆ ਗਿਆ। ਇੱਕ ਵੱਖਰਾ ਵਿਸ਼ਾ ਹੈ ਕਿ ਪੰਜਾਬ ਨੂੰ ਕਿਵੇਂ ਡਿਪਰਾਈਵ ਕੀਤਾ ਗਿਆ, ਈਵਨ ਇਹਨਾਂ 3 ਦਰਿਆਵਾਂ ਦੇ ਪਾਣੀ ਦੀ ਲੁੱਟ ਕਿਵੇਂ ਭਾਰਤ ਨੇ ਮਚਾਈ ਹੈ, ਔਰ ਅੱਜ ਇਹਨਾਂ 3 ਦਰਿਆਵਾਂ ਚੋਂ ਸਤਲੁਜ ਬਿਆਸ ਰਾਵੀ ਦਾ 3/4 ਹਿੱਸਾ ਜਿਹੜਾ ਪਾਣੀ ਦਾ ਹੈ ਉਹ ਰਾਜਸਥਾਨ ਔਰ ਹਰਿਆਣਾ ਨੂੰ ਜਾ ਰਿਹਾ ਹੈ ਮੁਫਤ ਬਿਨਾਂ ਕਿਸੇ ਪੈਸੇ ਦਿੱਤੇ। ਪਰ ਈਵਨ ਇਹ ਟ੍ਰੀਟੀ ਜਿਵੇਂ ਅਸੀਂ UN ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਕਸ਼ਮੀਰ ਨੂੰ ਡਿਸਪਿਊਟਡ ਟੈਰੀਟਰੀ ਦੇ ਤੌਰ ਤੇ ਅਬਜ਼ਰਵ ਕਰਨ ਦੇ ਲਈ ਇਹਨਾਂ ਦੇ ਅਬਜ਼ਰਵਰ ਉੱਥੇ ਬੈਠੇ ਹੋਏ ਨੇ, ਇਸੇ ਤਰ੍ਹਾਂ ਵਰਲਡ ਬੈਂਕ ਦੇ ਅਬਜ਼ਰਵਰ ਇੰਡੀਆ ਔਰ ਪਾਕਿਸਤਾਨ ਦੋਨੋਂ ਪਾਸਿਆਂ 'ਚ ਨੇ ਜਿਹੜੇ ਅਬਜ਼ਰਵ ਕਰਦੇ ਨੇ ਕਿ ਭਾਈ ਇਹ ਜਿਹੜਾ ਟ੍ਰੀਟੀ ਸੀ ਇੰਡਸ ਵਾਟਰ ਟ੍ਰੀਟੀ ਦੀ ਵਾਇਲੇਸ਼ਨ ਤਾਂ ਨਹੀਂ ਹੋ ਰਹੀ, ਕਿਉਂਕਿ ਇਸ ਟ੍ਰੀਟੀ ਦੇ ਥੱਲੇ ਕਿਉਂਕਿ ਚਨਾਹ ਔਰ ਜੇਹਲਮ ਇਹ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਨਿਕਲਦੇ ਨੇ, ਇਹਨਾਂ ਦਾ ਵੱਡਾ ਹਿੱਸਾ,
और ए, उस ट्रीटी का हिस्सा है कि भी उत्थे वो पावर जनरेशन लई जा लिमिटेड इरीगेशन लई पानी ले सकते ने, लेकिन कोई भी डैम जा कुछ नहीं बना सकते। भारत ने पर उदे ते जेड़ा चना दे उत्ते बगलियार बनाया, उन्हों पाकिस्तान 2000 में लैके गया सी इंडस वाटर कमीशन दे सामने, और ए उत्थे कुछ ना कुछ करते रहते हैं। लेकिन जेड़ी खबर अज असी इस नू डिस्कस कर रहे हैं, जाहिर है कि चाइना ने भी लंबा वक्त जो ये भारत दीतियां जड़िया एंटाई चाइना तो है ही सी, पर नेड़े तेड़े गड़बड़ भी कर रहे सी। तिब्बत के मामले चाइना की सेंसिटिविटी है कि किवें उन्होंने दलाई लामे नू बिल्ड करन दी कोशिश कीती, ते इस गल दा ध्यान रहे कि ये जड़े वड्डे दरिया ने उस खिते दे जिवें सतलुज है जिस दे उत्ते भाखड़ा डैम बने, और इंडस वाटर ट्रीटी दे होण तों बाद ही ये दोवें दरिया जिहड़े ने जिहड़े दोवें डैम ने भाखड़ा डैम इंडिया च और मंगला डैम पाकिस्तान च, यह भी वर्ल्ड बैंक ने फाइनेंस किया। हुण सतलुज जिहड़ा है ये तिब्बत चों निकलदा है, और तिब्बत जाहिर है चाइना का हिस्सा है, और एक स्टेज दे उत्ते चाइना ने कपल ऑफ ईयर्स अगो इन्होंने अपना भारतीय एक्सपर्ट्स ने भी कहा सी क्योंकि सतलुज तिब्बत चो निकल के हिमाचल चो निकल के फिर पंजाब दे विच एंटर करदा है, तो एक बार सडन जिन्हां नू फ्लैश फ्लड कहा जांदा है वो आए सी हिमाचल दे एरिए च, और उदों ये कहा गया सी कि चाइना ने ये सडन पानी छड्डिया है सतलुज दे विच, और ये भारतीय वालों कहा गया सी कि ये तो चाइना ट्राई कर रहा है कि वाटर एज ए वैपन जे भारत के खिलाफ वरतना पे, तो ईवन सतलुज दे इहनां पानियां राही जिहड़ा उत्तों लेक चो जिहड़ा है अचानक पानी छड्डिया गया, लेकिन इहदी कोई जिहड़ी है तस्दीक नहीं सी होई, लेकिन इहदे च कोई शक नहीं है कि उन्हां फ्लैश फ्लड्स दे नाल हिमाचल दे विच जानी नुकसान होया सी, और पंजाब दे विच वी जिहड़ा दरिया दे विच जिहड़ा खास तौर ते डैम च वी पानी दा लैवल वधिया सी। हुण इसे तरह भारत दे नाल असाम दे मुद्दे ते ब्रह्मपुत्रा दरिया जिहड़ा अगेन चाइना चो निकलदा है, और असाम और नॉर्थ ईस्ट दी लाइफ लाइन है, जिवें भारत दे गंगा जमनी तहजीब दी लाइफ लाइन गंगा ते जमुना रिवर्स ने, इवें ही नॉर्थ ईस्ट दा जिहड़ी है ब्रह्मपुत्र है, चाइना ने कुछ साल पहला उहदे ते भी डैम बनाया, भारत ने इतराज किया, उन्होंने डाइवर्ट भी किया पानी नू, लेकिन एक जिहड़ा संबंध इंडस दरिया जिहड़ा है ये 1960 दी इंडस वाटर ट्रीटी थले पाकिस्तान नू मिलिया, और 2000 ये जा रहा है कि पाकिस्तान दे विच जिथे पानी की कमी है उत्थे पावर, क्योंकि जे तुसी अपने मुल्क नू इंडस्ट्रियलाइज करना है तो फिर इंडस्ट्री दे विच बहुत वड्डा रोल जिहड़ा है वो पावर दा है, सो जा रहा है कि पावर थर्मल सिस्टम राही भी क्रिएट हुंदी है, पर उहदा नैचुरल और जिहड़ा एनवायरमेंटल हैजर्ड भी नहीं हुंदा, वो हाइड्रो पावर है पानी तो जिहड़ी बिजली का तैयार होना है। सो चाइना और पाकिस्तान की आपसी गलबात लंबे समय तो चल रही सी कि इंडस जिहड़ा के चाइना की उपर टैरिटरी दे विच है, और इधर वो जदों असी इंडस वाटर का रूप देखते हैं, और असी लेटली जिहड़ी भारत की शरारत गिलगित बलूचिस्तान के हवाले नाल है कि उन्होंने किवें उहदा वैदर भी दसना शुरू किया है, और जिहड़े है चाइना पाकिस्तान इकोनॉमिकल कोरिडोर है ग्वादर तक पहुंच है कोराक्रम दे उस राही, वो भी गिलगित बाल्टिस्तान तो है, और एक ये जो 2000 दे विच चाइना ने इस डैम नू बनाण दी गल पाकिस्तान दे नाल तोरी, जाहिर है कि उहदे च एक वड्डा फाइनेंसिंग पाकिस्तान नू अपने लैवल ते करनी पैणी सी, वड्डी जिहड़ा पाकिस्तान अफोर्ड नहीं सी कर सकदा, पर उस वेले भारत ने इहदे ते इतराज कीता सी, भारत ने कहा सी कि जी नहीं ये साडा नुकसान होएगा और ये ठीक नहीं है, और चीन ने दोनों गल्लां नू दे मद्देनजर मेरा ख्याल शायद फंडिंग ज्यादा इशू होएगा, भारत का इतराज भी क्योंकि भारत नू चीन लंबे समय तो ये नहीं सी चाहुंदा कि भारत जिहड़ा है वो अमरीका दी जाके गोद दे विच डिगे, सो चाइना ने उस दे उत्ते बैक ऑफ कर लिया सी, पर हुण जदों के गिलगित बलूचिस्तान दे उत्ते भारत कोई खतरनाक खेड खेड सकता है इस हाइब्रिड वॉर का हिस्सा बन के, चाइना ने जिवें मैं कहा भी वो बोलते नहीं ने वो एक्ट करते ने, बहुत जोर दी चपेड़ उन्होंने मारी है भारत के मुंह ते, और एक खबर है कि पाकिस्तान और चाइना ने
ਇਹ ਜਿਹੜਾ ਡਾਇਮਰ ਔਰ ਭਾਸ਼ਾ ਡੈਮ ਇਹ ਦੋ ਇਲਾਕਿਆਂ ਦੇ ਵਿੱਚ ਜਿਹੜਾ ਡੈਮ ਇੰਡਸ ਤੇ ਹੈ ਉਸ ਨੂੰ ਬਣਾਉਣ ਦੇ ਸਮਝੌਤੇ ਦੇ ਉੱਤੇ ਸਿਰਫ ਦਸਤਖਤ ਹੀ ਨਹੀਂ ਕੀਤੇ ਲਗਭਗ 442 ਬਿਲੀਅਨ ਰੁਪਏ ਦੇ ਖਰਚੇ ਨਾਲ ਬਣਨ ਵਾਲੇ ਇਸ ਡੈਮ ਦੀ ਸਾਰੀ ਫਾਈਨੈਂਸਿੰਗ ਚਾਈਨੀਜ਼ ਕਰੇਗੀ ਔਰ ਇਹ ਜਿਹੜਾ ਇਸ ਨੂੰ ਜਿਹੜਾ ਬਣਾਇਆ ਵੀ ਜਾਏਗਾ ਉਹਦੇ ਚ ਪਾਕਿਸਤਾਨ ਦੀ ਜਿਹੜੀ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਹੈ ਉਹਨਾਂ ਦੀ ਫੌਜ ਦੀ ਔਰ ਇਹੀ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਹੈ ਜਿਸ ਨੇ ਜੇ ਮੈਂ ਗਲਤ ਨਾ ਹੋਵਾਂ ਤੇ ਜਿਹੜਾ 800 ਏਕੜ ਦੇ ਵਿੱਚ ਰਿਕਾਰਡ 10 ਮਹੀਨੇ ਦੇ ਵਿੱਚ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਸਾਰਾ ਕੰਪਲੈਕਸ ਪ੍ਰਿਪੇਅਰ ਕੀਤਾ ਇਹੀ ਉਹ ਬਾਡੀ ਹੈ ਫਰੰਟੀਅਰ ਵਰਕਸ ਆਰਗੇ ਉਹਨਾਂ ਦੀ ਫੌਜ ਦੀ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਹੈ ਉਹ ਚਾਈਨਾ ਦੀ ਜਿਹੜੀ ਆਫੀਸ਼ੀਅਲ ਹੈ ਚਾਈਨਾ ਪਾਵਰ ਇਹ ਇਸ ਨੂੰ ਮਿਲ ਕੇ ਬਣਾਉਣਗੇ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਉਹ ਕੰਸਟਰਾਈਜ਼ਡ ਡੈਮ ਹੋਏਗਾ ਐਟ ਦਾ ਹਾਈਟ ਆਫ 272 ਮੀਟਰ ਮਤਲਬ ਸਭ ਤੋਂ ਇਹ ਉੱਪਰ ਹੈ 272 ਮੀਟਰ ਔਰ ਇਹਦੇ ਚ 8 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹੋਲਡ ਹੋ ਸਕਦਾ ਹੁਣ 8 ਮਿਲੀਅਨ ਏਕੜ ਫੁੱਟ ਪਾਣੀ ਬਹੁਤ ਜ਼ਿਆਦਾ ਹੁੰਦਾ ਜਦੋਂ ਅਸੀਂ ਈਵਨ ਪੰਜਾਬ ਦੇ ਦਰਿਆਵਾਂ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਤਿੰਨੋਂ ਦਰਿਆਵਾਂ ਦੇ ਹਵਾਲੇ ਨਾਲ ਸੋ ਤਿੰਨ ਦਰਿਆ ਸਤਲੁਜ ਬਿਆਸ ਰਾਵੀ ਜਿਹੜਾ ਕੁੱਲ ਮਿਲਾ ਕੇ ਜਿਹੜਾ ਪਾਣੀ ਬਣਦਾ ਉਹ 16.5 ਮਿਲੀਅਨ ਏਕੜ ਫੁੱਟ ਬਣਦਾ ਸੋ ਆਲਮੋਸਟ ਕੱਲਾ ਹੀ ਇਹ ਜਿਹੜਾ ਭਾਸ਼ਾ ਡੈਮ ਹੈ ਇਸ ਦੇ ਵਿੱਚ ਜਿਹੜਾ ਇੰਨਾ 8 ਮਿਲੀਅਨ ਏਕੜ ਫੁੱਟ ਪਾਣੀ ਹੋਏਗਾ ਔਰ ਇਹਦੇ ਚੋਂ 4,500 ਮੈਗਾਵਾਟ ਪਾਵਰ ਜਿਹੜੀ ਆ ਉਹ ਜਨਰੇਟ ਹੋਏਗੀ ਹੁਣ ਤੁਸੀਂ 4,500 ਮੈਗਾਵਾਟ ਪਾਵਰ ਦਾ ਅੰਦਾਜ਼ਾ ਲਾਓ ਵੀ ਕਿੰਨੀ ਜ਼ਿਆਦਾ ਪਾਵਰ ਹੈ ਕਿਉਂਕਿ ਜਿਹਦੇ ਤੇ ਪਾਕਿਸਤਾਨ ਨੇ ਇਤਰਾਜ਼ ਕੀਤਾ ਸੀ ਵਰਲਡ ਬੈਂਕ ਕੋਲ ਇਹਨਾਂ ਦੇ ਬਗਲਿਆਰ ਡੈਮ ਦੇ ਉੱਤੇ ਉਹ ਸਿਰਫ 450 ਮੈਗਾਵਾਟ ਪਾਵਰ ਜਿਹਨੂੰ ਅਸੀਂ ਬਿਜਲੀ ਕਹਿੰਦੇ ਹਾਂ ਉਹ ਪੈਦਾ ਕਰਦਾ ਸੋ ਹੁਣ ਇਹ ਜਿਹੜਾ ਇੰਨਾ ਪਾਵਰਫੁਲ 4,500 ਮੈਗਾਵਾਟ ਦੀ ਪਾਵਰ ਜਨਰੇਟ ਕਰਨ ਵਾਲਾ ਔਰ ਇਸ ਸਾਰੇ ਦੇ ਉੱਤੇ ਚਾਈਨਾ ਨੇ ਜਿਵੇਂ ਕਿਹਾ ਕਿ ਵੀ ਉਹ ਪੂਰਾ ਫਾਈਨੈਂਸ ਕਰੇਗਾ ਔਰ ਇਹ ਜਿਹੜਾ ਧਿਆਨ ਰਹੇ ਕਿ ਇਹ ਜਿਹੜਾ ਡਾਇਮਰ ਭਾਸ਼ਾ ਡੈਮ ਹੈ ਇਹ ਰਨ ਪੈਰਲਲ ਕਰਦਾ ਹੈ ਲਦਾਖ ਦੇ ਵਿੱਚ ਔਰ ਗਿਲਗਿਤ ਬਾਲਸਤਾਨ ਦੇ ਨਾਲ ਹੈ ਸੋ ਜ਼ਾਹਰ ਹੈ ਕਿ ਇਹਦੇ ਨਾਲ ਜਿੱਥੇ ਪਾਕਿਸਤਾਨ ਦੇ ਵਿੱਚ ਇੱਕ ਨਵਾਂ ਖੁਸ਼ਹਾਲੀ ਦਾ ਦੌਰ ਕਿਉਂਕਿ ਉੱਥੇ ਨਾ ਸਿਰਫ ਪਾਣੀ ਦੀ ਕਮੀ ਹੈ ਸਗੋਂ ਕਾਫੀ ਪਾਵਰ ਦੀ ਵੀ ਔਰ ਇਹ ਪਾਕਿਸਤਾਨ ਦੀ ਰੈਪਿਡ ਇੰਡਸਟਰੀਲਾਈਜੇਸ਼ਨ ਔਰ ਉਹਨਾਂ ਦੀਆਂ ਬਾਕੀ ਨੀਡਸ ਨੂੰ ਵੀ ਜਦੋਂ ਤੁਸੀਂ ਤੁਹਾਡੇ ਕੋਲ ਡੈਮ ਹੁੰਦਾ ਹੈ ਤੁਸੀਂ ਜਦੋਂ ਰੇਨੀ ਸੀਜ਼ਨ ਹੁੰਦਾ ਜਿਵੇਂ ਮੌਨਸੂਨ ਉੱਥੇ ਸਪੈਸੀਫਿਕਲੀ 1.5 ਮਹੀਨੇ ਦੇ ਕਰੀਬ ਰਹਿੰਦੀ ਹੈ ਔਰ ਬਹੁਤ ਸਾਰਾ ਪਾਣੀ ਵੇਸਟ ਆਉਂਦਾ ਹੈ ਉਹ ਸਾਰਾ ਸਮੁੰਦਰ 'ਚ ਚਲਾ ਜਾਂਦਾ ਹੈ ਪਰ ਜੇ ਤੁਹਾਡੇ ਕੋਲ ਡੈਮ ਹੈ ਤੁਸੀਂ ਉਹਨੂੰ ਜਦੋਂ ਮੀਂਹ ਨੇ ਉਹਨੂੰ ਤੁਸੀਂ ਰੋਕ ਲਿਆ ਜਦੋਂ ਔੜ ਲੱਗਦੀ ਹੈ ਉਦੋਂ ਤੁਸੀਂ ਉਸ ਨੂੰ ਜਿਹੜਾ ਉਹ ਛੱਡ ਦਿੰਦੇ ਹੋ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਚਾਈਨਾ ਨੇ ਅਗੇਨ ਜਿੱਥੇ ਉਹਨਾਂ ਨੇ ਜਦੋਂ ਭਾਰਤ ਨੇ ਇਸ ਦੇ ਉੱਤੇ ਇਤਰਾਜ਼ ਕੀਤਾ ਹੈ ਕੱਲ ਤੇ ਚਾਈਨਾ ਨੇ ਫੌਰਨ ਕਿਹਾ ਕਿ ਪਾਕਿਸਤਾਨ ਇਜ਼ ਅਵਰ ਆਲ ਵੈਦਰ ਫਰੈਂਡ ਹਰ ਮੌਸਮ ਦਾ ਔਰ ਜਿਵੇਂ ਇੱਕ ਬੜਾ ਖੂਬਸੂਰਤ ਜੁਮਲਾ ਅਕਸਰ ਵਰਤਿਆ ਜਾਂਦਾ ਹੈ ਕਿ ਚੀਨ ਕੇ ਔਰ ਪਾਕਿਸਤਾਨੀ ਜਰਨਲਿਸਟ ਜ਼ਿਆਦਾ ਵਰਤਦੇ ਨੇ ਕਿ ਪਾਕਿਸਤਾਨ ਕੀ ਚੀਨ ਸੇ ਦੋਸਤੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ ਸੋ ਜ਼ਾਹਰ ਹੈ ਕਿ ਬਈ ਇਹ ਚੀਨ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਇਹਦੇ ਨਾਲ ਨਾ ਸਿਰਫ ਪਾਕਿਸਤਾਨ ਦੀਆਂ ਲੋੜਾਂ ਬਿਜਲੀ ਪਾਣੀ ਦੀਆਂ ਉਹਨਾਂ ਦੇ ਉੱਤੇ ਬਹੁਤ ਪੋਜ਼ਿਟਿਵ ਇੰਪੈਕਟ ਹੋਏਗਾ ਪਰ ਇਹਦੇ ਨਾਲ ਗਿਲਗਿਤ ਬਲਤਿਸਤਾਨ ਵੱਲ ਹੁਣ ਕੋਈ ਵੀ ਜਿਹੜਾ ਫੁੱਟੀ ਅੱਖ ਦੇ ਨਾਲ ਵੀ ਦੇਖਣ ਦੀ ਹਿੰਮਤ ਨਹੀਂ ਕਰੇਗਾ ਔਰ ਚਾਈਨੀਜ਼ ਦਾ ਫਿਰ ਇਸ ਕਿਸਮ ਦੇ ਮੁੱਦਿਆਂ ਤੇ ਜਦੋਂ ਕੋਈ ਕੰਸਟਰਕਸ਼ਨ ਪ੍ਰੋਜੈਕਟ ਲੈਂਦੇ ਨੇ ਅੱਜ ਵੀ ਜਿਹੜੀ ਬੁਲਟ ਟ੍ਰੇਨ ਹੈ ਜਿਹੜੀ ਨੈਨਕਿੰਗ ਨੂੰ ਜਿਹੜੀ ਉਸ ਨੂੰ ਨੈਨਕਿੰਗ ਲਹਾਸਾ ਜਿਹੜੀ ਤਿੱਬਤ ਦੀ ਰਾਜਧਾਨੀ ਹੈ ਲਹਾਸਾ ਨੂੰ ਬੀਜਿੰਗ ਦੇ ਨਾਲ ਜੋੜਦੀ ਹੈ ਉਹ ਇੰਜੀਨੀਅਰਿੰਗ ਮਿਰੈਕਲ ਹੈ ਕਿ ਕਿੰਨੇ 100 ਮੀਲ ਔਰ ਉਹਦੀਆਂ 4-4 ਸਾਲ ਦੀਆਂ ਬੁਕਿੰਗਸ ਨੇ ਹੁਣ ਸ਼ਾਇਦ ਜਿਹੜਾ ਕ੍ਰਾਈਸਿਸ ਚੱਲ ਰਿਹਾ ਉਹਦੇ ਕਰਕੇ ਫਰਕ ਪਏ ਕਿ ਇਹ ਕਿਵੇਂ ਕ੍ਰੀਏਟ ਕੀਤਾ ਚਾਈਨਾ ਨੇ ਸੋ ਜ਼ਾਹਰ ਹੈ ਕਿ ਇੰਨਾ ਵੱਡਾ ਪ੍ਰੋਜੈਕਟ ਚਾਈਨਾ ਨੇ ਪੂਰਾ ਕਰਨ ਵੇਲੇ ਵੀ ਕੋਈ ਬਹੁਤਾ ਵਕਤ ਨਹੀਂ ਲਾਣਾ ਔਰ ਇਹ ਜਿਹੜੀ ਹੁਣ ਚਾਈਨਾ ਦੇ ਨਾਲ ਇਹਨਾਂ ਨੇ ਪੰਗਾ ਤਾਂ ਲੈ ਲਿਆ ਲੇਕਿਨ ਹੈ ਤਾਂ ਇਹ ਇੱਕ ਕਾਮਨ ਫਰੇਜ਼ ਹੈ ਕਿ ਭਾਈ ਜੇ ਹੁਣ ਕੋਟ ਕਿਰਲੀ ਜਿਹੜੀ ਕਿ ਖੁਦ ਕੰਧ ਨੂੰ ਚਮੜੀ ਹੁੰਦੀ ਹੈ ਉਸ ਤੀਰ ਨੂੰ ਜੱਫਾ ਮਾਰ ਕੇ ਕਹੇ
ਕਿ ਜੀ ਮੈਂ ਸ਼ਤੀਰ ਨੂੰ ਢਾ ਲੈਣਾ ਤੇ ਫਿਰ ਉਸ ਕੋਟ ਕਿਰਲੀ ਦਾ ਜਿਹੜਾ ਉਹ ਕੀ ਹੋਏਗਾ ਉਸ ਹਰ ਇੱਕ ਨੂੰ ਪਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਇਹਨਾਂ ਨੇ ਖਾਮ ਖਾ ਜਿਹੜਾ ਉਹ ਛੇੜ ਲਿਆ ਇਸ ਸਾਰੇ ਨੂੰ, ਔਰ ਉਸ ਸਾਰੇ ਦੇ ਵਿੱਚ ਈਵਨ ਹੁਣ ਇਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਈ ਹੈ। ਜਿਵੇਂ ਅਸੀਂ ਦੇਖਦੇ ਹਾਂ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਕਿ ਭਾਰਤ ਦੇ ਆਰਮੀ ਚੀਫ MM ਨਰਵਾਨੇ ਉਹਨੂੰ ਐਡਰੈਸ ਕਰ ਰਹੇ ਸੀ, ਔਰ ਉਹਦੇ ਚ ਇੱਕ ਸਵਾਲ ਪੁੱਛਿਆ ਗਿਆ ਉਹਨਾਂ ਦੇ ਲੈਫਟੀਨੈਂਟ ਜਨਰਲ ਵੱਲੋਂ, ਸ਼ਾਇਦ ਸੈਨਾ ਹੀ ਨਾਂ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟਰਾਈ ਜੰਕਸ਼ਨ ਦੇ ਉੱਤੇ ਇਹ ਝਗੜਾ ਖੜਾ ਹੋਇਆ, ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੇ ਮਾਨ ਸਰੋਵਰ ਜਿੱਥੇ ਕਿ ਇਹ ਹਿਮਾਲਿਆ ਪਹਾੜ ਦੀ ਸ਼੍ਰਿੰਖਲਾ ਦੇ ਉੱਤੇ ਹੀ ਕੈਲਾਸ਼ ਪਰਬਤ ਹੈ, ਹਿੰਦੂ ਮਿਥਿਹਾਸ ਇਹਨੂੰ ਸ਼ਿਵਜੀ ਔਰ ਪਾਰਵਤੀ ਦਾ ਅਵਾਰਡ ਮੰਨਦਾ ਹੈ, ਔਰ ਮਾਨ ਸਰੋਵਰ ਦਾ ਜ਼ਿਕਰ ਕਿ ਉਸਦੇ ਜਦੋਂ ਹੰਸਾਂ ਦੀ ਗੱਲ ਵੀ ਹੁੰਦੀ ਹੈ ਤੇ ਫਿਰ ਇਹ ਹੁੰਦਾ ਕਿ ਵੀ ਫਲਾਂ ਜਿਹੜਾ ਉਹਦਾ ਬਿਹੇਵੀਅਰ ਬਗਲੇ ਦਾ, ਪਰ ਉਹ ਡ੍ਰੀਮ ਕਰਦਾ ਮਾਨ ਸਰੋਵਰ ਦੇ ਹੰਸਦਾਰ ਹੈ। ਦੁਨੀਆਂ ਦੇ ਰੂਫ ਦੇ ਉੱਤੇ ਤਿੱਬਤ ਦੇ ਵਿੱਚ ਇਹ ਮਾਨ ਸਰੋਵਰ ਝੀਲ ਹੈ, ਪਾਣੀ ਵੀ ਬੜਾ ਸੋਹਣਾ ਹੈ, ਸਾਫ਼ ਹੈ, ਔਰ ਜਿੱਥੇ ਬੰਦੇ ਨੇ ਜਾ ਕੇ ਸ਼ਰਾਰਤ ਨਹੀਂ ਕੀਤੀ, ਇਨਵਾਇਰਮੈਂਟ ਦੇ ਨਾਲ ਗੜਬੜ ਨਹੀਂ ਹੋਈ, ਉੱਥੇ ਜ਼ਾਹਰ ਹੈ। ਹੁਣ ਜਿਹੜੇ ਸਾਡੇ ਵੀਰ ਭੈਣਾਂ ਉਹਨਾਂ ਥਾਵਾਂ ਤੇ ਜਾਂਦੇ ਨੇ ਪਹਾੜਾਂ ਦੇ ਵਿੱਚ, ਈਵਨ ਹੇਮਕੁੰਟ ਜਿੱਥੇ ਉਸ ਪਾਣੀ ਵੱਲ ਦੇਖਦੇ ਨੇ ਔਰ ਉਹਦੀ ਸਫਾਈ, ਸੋ ਜ਼ਾਹਰ ਹੈ ਕਿ ਕਦੇ ਥੱਲੇ ਧਰਤੀ ਦੇ ਉੱਤੇ ਵੀ ਦਰਿਆਈ ਪਾਣੀ ਜਿਹੜੇ ਨੇ ਉਹ ਇਵੇਂ ਹੀ ਸਾਫ਼ ਸੀ, ਜਿਹਦੇ ਤੋਂ ਬਹੁਤ ਸਾਰੀਆਂ ਜਿਹੜੀਆਂ ਕਹਾਵਤਾਂ ਨੇ। ਜਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਵਗਦਾ ਪਾਣੀ ਕਦੇ ਮੈਲਾ ਨਹੀਂ ਹੁੰਦਾ, ਇਸ ਲਈ ਸੀ ਕਿ ਉਹਨੂੰ ਮੈਲਾ ਕੋਈ ਕਰਦਾ ਨਹੀਂ ਸੀ, ਕੁਦਰਤ ਤਾਂ ਸਾਫ਼ ਨਹੀਂ ਕਿ ਕੁਦਰਤ ਤਾਂ ਪਾਣੀ ਉੱਤੋਂ ਪਹਾੜਾਂ ਤੋਂ ਸਭ ਕੁਝ ਰੋੜ ਕੇ ਲੈ ਆਉਂਦੀ ਹੈ, ਉਹਦੇ ਚ ਰੁੜਦਾ ਜਾਂਦਾ। ਪਰ ਜਦੋਂ ਅਸੀਂ ਹੁਣ ਵੱਡੀਆਂ ਵੱਡੀਆਂ ਫੈਕਟਰੀਆਂ ਕ੍ਰੀਏਟ ਕਰ ਲਈ ਹੈ, ਉਹਨਾਂ ਦਾ ਜਿਹੜਾ ਸਾਰਾ ਗੰਦਾ ਤੇਜ਼ਾਬੀ ਮਾਦਾ ਹੈ ਉਹ ਦਰਿਆਵਾਂ ਦੇ ਵਿੱਚ ਸੁੱਟ ਦਿੱਤਾ ਹੈ। ਮੁਰਦੇ ਸੁੱਟੇ ਜੀ, ਗੰਗਾ ਚ ਸੁੱਟੋ, ਜਮਨਾ ਚ ਸੁੱਟੋ, ਮੁਰਦੇ ਦੀ ਕਲਿਆਣ ਹੋ ਜਾਏਗੀ। ਔਰ ਜੋ ਕੁਛ ਅਸੀਂ ਜਿੰਨਾ ਗੰਦਮੰਦ ਹੈ ਉਹ ਸਭ ਦਰਿਆਵਾਂ ਦੇ ਹਵਾਲੇ ਕੀਤਾ ਹੈ, ਤੇ ਫਿਰ ਤਾਂ ਉਹ ਜੇ ਹੁਣ ਉੱਥੇ ਫਿਲਮਾਂ ਵੀ ਬਣਨ ਕੇ ਭਾਈ ਇਹ ਗੰਗਾ ਮੈਲੀ ਹੋ ਗਈ ਜਾਂ ਦੂਜੇ, ਉਹ ਸਭ ਤੋਂ ਦੁਨੀਆਂ ਦੀ ਡਰਟੀ ਰਿਵਰ ਹੈ। ਸੋ ਜ਼ਾਹਰ ਹੈ ਕਿ ਮਾਨ ਸਰੋਵਰ ਦੀ ਟਰੈਕਿੰਗ ਦੇ ਨਾਂ ਥੱਲੇ ਵਾਜਪਾਈ ਦੇ ਵੇੜੇ ਚੀਨ ਨਾਲ ਇਹਨਾਂ ਨੇ ਸਹਿਮਤੀ ਲਈ, ਔਰ ਹੌਲੀ 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 ਜਿਵੇਂ ਆਪਣੀ ਹਿੰਦੂ ਮਾਈਥੋਲੋਜੀ ਨੂੰ ਰਿਵਾਈਵ ਕਰ ਰਹੇ ਨੇ, ਹਿਸਟਰੀ ਬਣਾ ਕੇ ਉਹਦੇ ਥੱਲੇ ਮੌਜੂਦਾ ਹਕੂਮਤ ਨੇ ਚੁੱਪ ਚਾਪ ਇਹਦੇ ਤੇ ਕਦੇ ਮੀਡੀਆ 'ਚ ਮੈਂ ਪਹਿਲਾਂ ਖ਼ਬਰ ਨਹੀਂ ਦੇਖੀ ਕਿ ਜੀ ਇਹ ਤਾਂ ਸੀ ਕਿ ਮਾਨ ਸਰੋਵਰ ਨੂੰ ਜਾਣਾ, 3 ਦਿਨ ਦੀ ਹਾਈਕਿੰਗ ਹੈ, ਚਾਈਨਾ ਉਹਦਾ ਵੀਜ਼ਾ ਦਿੰਦਾ ਹੈ। ਔਰ ਜਦੋਂ ਕਸ਼ਮੀਰ ਦੇ ਵਿੱਚ ਕਲੈਸ਼ ਹੋਇਆ, ਚਾਈਨਾ ਨੇ ਵੀ ਬੰਦ ਕਰ ਦਿੱਤੇ ਸੀ ਵੀਜ਼ਾ ਉੱਥੋਂ ਆਉਣਾ, ਪਰ ਫਿਰ ਆਲ ਆਫ ਏ ਸਡਨ ਆਇਆ ਕਿ ਜੀ ਰਾਜਨਾਥ ਸਿੰਘ ਨੇ ਸੜਕ ਦਾ ਉਦਘਾਟਨ ਕੀਤਾ ਕਿ ਹੁਣ ਦਿੱਲੀ ਤੋਂ ਚੱਲ ਕੇ ਜਿਹੜਾ 72 ਘੰਟੇ ਲੱਗਦੇ ਸੀ ਉੱਥੇ ਪਹੁੰਚਣ ਚ ਟਰੈਕਿੰਗ ਦੇ ਨਾਲ, ਹੁਣ ਤੁਸੀਂ 1 ਦਿਨ ਦੇ ਵਿੱਚ ਪਹੁੰਚ ਜਾਂਦੇ ਹੋ, ਕਿਉਂਕਿ ਸੜਕ ਜਿਹੜੀ ਹੈ ਉਹ ਮਾਨ ਸਰੋਵਰ ਤੱਕ ਲੈ ਕੇ ਜਾਂਦੀ ਹੈ। ਇਹ 40 ਰਿਵਰ ਹੈ ਜਿਹਦਾ ਇੱਕ ਪਾਸਾ ਭਾਰਤ ਵੱਲ ਹੈ ਔਰ ਦੂਸਰਾ ਪਾਸਾ ਜਿਹੜਾ ਈਸਟ ਹੈ ਉਹ ਨੇਪਾਲ ਦੀ ਟੈਰੀਟਰੀ ਹੈ, ਪਰ ਹਮੇਸ਼ਾ ਨੇਪਾਲ ਦਾ ਦਾਅਵਾ ਇਸ ਜਿਹੜਾ ਰੋਡ ਸਾਈਡ ਸੀ ਭਾਵੇਂ ਕੱਚੀ ਸੀ ਉਹਦੇ ਤੇ ਰਿਹਾ, ਲੇਕਿਨ ਇਹਨਾਂ ਨੇ ਜਦੋਂ ਇਸ ਦਾ ਉਹਨੂੰ ਲਿੰਕ ਕਰ ਦਿੱਤਾ ਹੈ ਕਿ ਲਿਪੂ ਲੇਖ ਥਾਂ ਦਾ ਔਰ ਉਹਦੇ ਨਾਲ, ਤੇ ਇਸ ਦੇ ਉੱਤੇ ਨੇਪਾਲ ਨੇ ਇਤਰਾਜ਼ ਕੀਤਾ, ਬਹੁਤ ਸਾਰੇ ਪ੍ਰੋਟੈਸਟ ਵੀ ਹੋਏ, ਉਸ ਸਾਈਡ ਤੱਕ ਪਹੁੰਚ ਗਏ ਔਰ ਉਹ ਸੜਕ ਉਹਨਾਂ ਨੂੰ ਐਲਾਨੀਆ ਬੰਦ ਕਰਨੀ ਪਈ। ਔਰ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਟਰਾਈ ਜੰਕਸ਼ਨ ਹੈ ਜਿੱਥੇ ਚਾਈਨਾ ਨੇਪਾਲ ਔਰ ਭਾਰਤ ਦੀ ਹੱਦ ਮਿਲਦੀ ਹੈ, ਔਰ ਭਾਰਤ ਦਾ ਫੌਜੀ ਮੁਖੀ MM ਨਰਵਾਣੇ ਜਿਹਨੂੰ ਇਹ ਪੁੱਛਿਆ ਗਿਆ ਕਿ ਵੀ ਦੇਰ ਹੈਵ ਨੈਵਰ ਬੀਨ ਐਨ ਇਸ਼ੂ ਅਬਾਊਟ ਦਾ ਟਰਾਈ ਜੰਕਸ਼ਨ ਆਫ ਇੰਡੀਆ ਚਾਈਨਾ ਐਂਡ ਨੇਪਾਲ, ਨੇਪਾਲ ਮਾਈਟ ਹੈਵ ਰੇਜ਼ ਦਾ ਇਸ਼ੂ ਐਟ ਸਮਵਨ ਐਲਸ ਕ੍ਰੈਕਿੰਗ। ਉਹ ਪੁੱਛਿਆ ਗਿਆ ਨਰਵਾਣੇ ਨੂੰ ਕਿ ਇਹ ਤਾਂ ਕਦੇ ਇਸ਼ੂ ਹੀ ਨਹੀਂ ਸੀ, ਇਹ ਇੰਨੇ ਪ੍ਰੋਟੈਸਟ ਹੋ ਰਹੇ ਨੇ ਨੇਪਾਲ ਦੇ ਵਿੱਚ, ਉੱਥੇ ਵੀ ਆ ਗਏ ਉਹਨਾਂ ਨੇ ਸੜਕ ਬੰਦ ਕਰਵਾ ਦਿੱਤੀ, ਤੁਸੀਂ ਵੀ ਮਜਬੂਰ ਹੋਏ, ਤੇ ਉਹਨੇ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਫਲਾਂ ਥਾਂ ਤੇ ਫੌਜ ਦੇ ਪਾਕਿਸਤਾਨ ਨੂੰ ਅਕਸਰ ਕਿਹਾ ਜਾਂਦਾ ਜੀ ਉੱਥੇ ਡਿਸਾਈਡਿੰਗ ਅਥਾਰਟੀ ਜਿਹੜੀ ਹੈ ਉਹ ਫੌਜ ਹੈ, ਹੁਣ ਭਾਰਤ ਦੇ ਮਾਮਲੇ ਦੇਖ ਲਓ ਕਿ ਜੇ ਨਰਵਾਣੇ ਉਹਨਾਂ ਦਾ ਜਨਰਲ ਹੈ ਜਾਂ ਉਸ ਤੋਂ 1 ਦਿਨ ਪਹਿਲਾਂ ਇਸ ਕਿਸਮ ਦਾ ਬਿਆਨ, ਜਿਹੜਾ ਇਹਨਾਂ ਦੇ ਉੱਤਰਾਖੰਡ ਦਾ ਹੀ ਰਹਿਣ ਵਾਲਾ, ਨਰਵਾਣੇ ਵੀ ਉੱਥੋਂ ਦਾ ਹੀ ਹੈ, ਰਾਵਤ ਦੇ ਚੁੱਕਾ ਹੈ, ਤੇ ਇਹ ਕਦੇ ਵੀ ਇੱਕ ਡੈਮੋਕ੍ਰੇਸੀ ਦੇ ਵਿੱਚ ਅਮਰੀਕਾ ਦੇ ਵਿੱਚ ਫੌਜੀ ਚੀਫ ਨਹੀਂ ਡਿਸਾਈਡ ਕਰਦਾ ਕਿ ਉਹਨੇ ਕੀ ਪੋਲੀਟੀਕਲ ਬਿਆਨ ਦੇਣਾ। ਹੁਣ ਜੇ ਉਹਨਾਂ ਦਾ ਫੌਜੀ ਚੀਫ ਜਿਹੜਾ ਨਰਵਾਣੇ ਆ ਉਹ ਇਹ ਕਹਿ ਰਿਹਾ ਕਿ ਜੀ ਇਹ ਤਾਂ ਚੀਨ ਦੀ ਸ਼ਹਿਦ ਹੈ, ਉਹਨੇ ਕਿਹਾ ਇਹੀ ਐਟ ਸਮਵਨ ਐਲਸ ਬਿਹਾਫ, ਤੇ ਇਹਦਾ ਮਤਲਬ ਇਹ ਹੈ ਕਿ ਵੀ
ਕਿੰਨੀ ਪੋਲਿਟਿਸਾਈਜ਼ੇਸ਼ਨ ਫੌਜ ਦੇ ਵੀ ਹੋ ਚੁੱਕੀ ਹੈ। ਲੇਕਿਨ ਅਗੇਨ ਜਿਹੜਾ ਸਾਡਾ ਵਿਸ਼ਾ ਡਿਸਕਸ਼ਨ ਦਾ ਵੀ ਅਖੀਰ ਚੀਨ ਨੇ ਇਹ ਮੈਸੇਜ ਇਫੈਕਟਿਵਲੀ ਦੇ ਦਿੱਤਾ, ਨੇਪਾਲ ਨੇ ਵੀ ਭਾਰਤ ਨੂੰ ਦੱਸ ਦਿੱਤਾ ਹੈ ਕਿ ਦੇਖੋ ਕਦੇ ਅਸੀਂ ਹਿੰਦੂ ਰਾਸ਼ਟਰ ਹੁੰਦੇ ਸੀ ਪਰ ਤੁਹਾਡੀਆਂ ਕਰਤੂਤਾਂ ਨੇ ਸਾਨੂੰ ਅੱਜ ਇਸ ਲਾਈਨ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਹੁਣ ਅਸੀਂ ਤੁਹਾਡੇ ਅਗੇਂਸਟ। ਉਹਨਾਂ ਨੇ ਈਵਨ ਨੇਪਾਲ ਦੇ ਭਾਰਤ ਨਾਲ ਲੱਗਦੇ ਬਾਰਡਰ ਦੇ ਉੱਤੇ ਵੀ ਆਪਣੀਆਂ ਜਿਹੜੀਆਂ ਚੈੱਕ ਪੋਸਟਾਂ ਨੇ ਫੌਜੀ ਉਹਨਾਂ ਨੂੰ ਮਜ਼ਬੂਤ ਕੀਤਾ। ਸੋ ਇਹ ਹੁਣ ਜਦੋਂ ਇਸ ਸਾਰੇ ਦੇ ਨਾਲ ਇਹ ਚੱਲ ਰਿਹਾ ਤੇ ਮੈਂ ਉਹ ਪਾਕਿਸਤਾਨ ਦੇ ਇੱਕ ਮਿਨਿਸਟਰ ਦਾ ਕਿਸੇ ਇੰਡੀਅਨ ਮੀਡੀਆ ਤੇ ਇੰਟਰਵਿਊ ਹੋ ਰਿਹਾ ਸੀ ਤੇ ਉਹ ਕਿਸੇ ਨੇ ਉਹਨੂੰ ਕਿਹਾ ਜਿਹੜਾ ਉਹਨੂੰ ਇੰਟਰਵਿਊ ਕਰ ਰਿਹਾ ਸੀ ਕਿ ਜੀ ਕਦੇ ਅਮਰੀਕਾ ਤੁਹਾਡਾ ਵੀ ਤਾਂ ਦੋਸਤ ਸੀ, ਇਹ ਤੁਹਾਡੇ ਵੱਲ ਕਿਉਂ ਜਿਹੜੀ ਆ ਹੁਣ ਪਿੱਠ ਮੋੜੀ ਹੈ, ਤੁਸੀਂ ਵੀ ਤਾਂ ਅਮਰੀਕਾ ਦੇ ਹੀ ਹਥਿਆਰ ਵਰਤਦੇ ਰਹੇ ਹੋ, ਅਮਰੀਕਾ ਦਾ ਹੀ ਹੈ। ਤੇ ਉਹ ਮਜ਼ਾਹੀ ਅੰਦਾਜ਼ ਚ ਉਹਨੇ ਕਿਹਾ ਜੀ ਅਸੀਂ ਤਾਂ ਗੰਨੇ ਚੂਪ ਰਹੇ ਹੁਣ ਤੁਸੀਂ ਚੂਪੋ। ਸੋ ਜ਼ਾਹਿਰ ਹੈ ਕਿ ਵੀ ਇਹ ਹੁਣ ਪੋਨੇ ਚੂਪਣ ਤੇ ਲਾ ਦਿੱਤਾ ਉਹਨਾਂ ਨੇ ਇੰਡੀਆ ਨੂੰ, ਔਰ ਜ਼ਾਹਿਰ ਹੈ ਕਿ ਵੀ ਹੋਰ ਚੂਪੋ ਗੰਨੇ ਵਾਲੀ ਗੱਲ ਹੀ ਕੋਈ ਕਹੀ ਜਾ ਸਕਦੀ ਹੈ ਕੱਲ੍ਹ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਚੀਨ ਨੇ ਇੱਕ ਪਾਵਰਫੁਲ ਮੈਸੇਜ ਦਿੱਤਾ ਇਸ ਹਾਈਬ੍ਰਿਡ ਵਾਰ ਦੇ ਵਿੱਚ ਵੀ ਕਿ ਭਾਈ ਇਹ ਇੰਨੇ ਸੌਖੇ ਤੁਹਾਨੂੰ ਅਸੀਂ ਗੰਨੇ ਨਹੀਂ ਚੂਪਣ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੱਲੇ ਨੇ ਬ੍ਰੇਕ ਪੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।